ਅਸੀਂ ਮੂਹਰੇ ਜਾਵਾਂਗੇ, ਜਿਹੜੇ ਆਪਣੇ ਡਾਇਰੈਕਟ ਹੈ ਉਹਨਾਂ ਨੂੰ ਮੂਹਰੇ ਲਾਵਾਂਗੇ, ਟੋਕਨ ਵੀ ਹੈਗੇ ਆਪਣੇ ਕੋਲੇ, ਆਪੇ ਖਿੱਚ ਕੇ ਪਰੇ ਕਰਾਂਗੇ, ਪਰ ਤੁਸੀਂ ਆਪਦਾ ਜਿਹੜਾ ਹੈ ਸੜਕ ਲਈ ਖਾਲੀ ਕਰਨੀ। ਲਓ ਜੀ, ਇਹਨਾਂ ਬਾਈਆਂ ਦਾ ਸਭ ਤੋਂ ਪਹਿਲਾ ਟਰੈਕਟਰ ਹੈ ਜਿਹੜਾ ਹਰਿਆਣੇ ਦੇ ਬਾਰਡਰ ਵੱਲ ਨੂੰ ਵੱਧ ਰਿਹਾ। ਬਾਈ ਕਹਿੰਦੇ ਅੱਗੇ ਅਸੀਂ ਲਾਵਾਂਗੇ ਟਰੈਕਟਰ, ਬਾਕੀ ਸਾਰੇ ਟਰੈਕਟਰ ਸਾਡੇ ਤੋਂ ਪਿੱਛੇ ਚੱਲਣ। ਜਾਣੀ ਕਿ ਜਿਹੜਾ ਕਾਫਲਾ ਇਹਨਾਂ ਤੋਂ ਪਿੱਛੇ ਹੈ, ਇਹਨਾਂ ਦਾ ਟਰੈਕਟਰ ਅੱਗੇ ਹੈ। ਤੁਸੀਂ ਦੇਖ ਰਹੇ ਹੋ ਲਗਾਤਾਰ ਇਹ ਉਸ ਥਾਂ ਵੱਲ ਵੱਧ ਰਹੇ ਨੇ ਜਿੱਥੇ ਕਿ ਭਾਰੀ ਪੁਲਿਸ ਫੋਰਸ ਖੜੀ ਹੈ। ਜਾਣੀ ਕਿ ਹਰਿਆਣੇ ਦੀ ਉਹ ਥਾਂ ਜਿੱਥੇ ਕਿ ਹਰਿਆਣੇ ਦੀ ਫੋਰਸ ਨੇ ਕਾਫੀ ਜ਼ਿਆਦਾ ਪ੍ਰਬੰਧ ਕਰਿਆ ਹੋਇਆ, ਪਿਛਲੇ ਕਈ ਦਿਨਾਂ ਤੋਂ ਲੱਗੀ ਹੋਈ ਹੈ ਕਿ ਅਸੀਂ ਇੱਥੋਂ ਕਿਸੇ ਨੂੰ ਲੱਗਣ ਨਹੀਂ ਦੇਣਾ। ਪਹਿਲਾਂ ਆਪਾਂ ਇਹ ਬਾਈਆਂ ਨਾਲ ਗੱਲਬਾਤ ਕਰਦੇ ਹਾਂ, ਉਸ ਤੋਂ ਬਾਅਦ ਇੱਥੇ ਦਾ ਮਾਹੌਲ ਦਿਖਾਉਂਦੇ ਹਾਂ ਕਿ ਆਖਰ ਇੱਥੇ ਦਾ ਮਾਹੌਲ ਹੈ ਕੀ। ਸਾਰਾ ਤੋਂ ਅੱਗੇ ਆਪਣਾ, ਹਾਂਜੀ ਹਾਂਜੀ ਬਾਈ ਜੀ, ਠੀਕ ਆ ਬਾਈ, ਸਾਰਾ ਤੋਂ ਅੱਗੇ ਬਾਈ ਇਹ ਟਰੈਕਟਰ ਜਾ ਰਹੇ ਹਾਂ। ਬਾਈਆਂ 'ਚ ਜੋਸ਼ ਆ ਪੂਰਾ, ਕਿੱਥੋਂ ਆਏ ਹੋ? ਅੰਮ੍ਰਿਤਸਰ ਤੋਂ ਬਾਈ ਜੀ, ਠੀਕ ਆ ਬਾਈ, ਠੀਕ ਆ। ਸਭ ਤੋਂ ਬਾਈ ਅੱਗੇ ਆ ਬਾਈਆਂ ਦਾ ਟਰੈਕਟਰ, ਅਤੇ ਅੱਗੇ ਪਿੱਛੇ ਫਿਰ ਬਹੁਤ ਵੱਡੇ ਕਾਫਲੇ ਨੇ, ਅਤੇ ਦੇਖਦੇ ਹਾਂ ਅੱਗੇ ਜਾ ਕੇ ਸਥਿਤੀ ਕੀ ਬਣਦੀ ਆ। ਦੇਖ ਰਹੇ ਤੁਸੀਂ ਖਨੌਰੀ ਬਾਰਡਰ ਤੋਂ ਲਾਈਵ ਤਸਵੀਰਾਂ ਨੇ, ਪ੍ਰਸ਼ਾਸਨ ਦੀ ਜਿਹੜੀ ਹੈਗੀ ਆ ਇੱਥੇ ਤਿਆਰੀ ਆ ਬਹੁਤ ਜ਼ਿਆਦਾ, ਅਤੇ ਰੱਬ ਕਿਰਪਾ ਬਣਾਈ ਰੱਖੇ। ਦੇਖਦੇ ਹਾਂ ਕਿ ਅੱਗੇ ਜਾ ਕੇ ਮਾਹੌਲ ਕੀ ਰਹਿੰਦਾ। ਪਹਿਲਾ ਟਰੈਕਟਰ ਆ ਬਾਈ ਕਾਫਲੇ ਦਾ, ਪਹਿਲਾ ਟਰੈਕਟਰ ਜਿਹੜਾ ਕਿ ਹਰਿਆਣੇ ਵੱਲ ਨੂੰ ਜਾ ਰਿਹਾ। ਬਾਈ ਸਭ ਤੋਂ ਅੱਗੇ ਹੋ, ਪੂਰਾ ਜੋਸ਼ ਆ ਬਾਈ, ਪਹਿਲਾ ਟਰੈਕਟਰ ਬਾਈ ਲੈ ਕੇ ਚੱਲੇ ਨੇ ਅੱਗੇ, ਤੇ ਦੇਖਦੇ ਹਾਂ ਅੱਗੇ ਜਾ ਕੇ ਸਥਿਤੀ। ਨੌਜਵਾਨ ਬਹੁਤ ਸਾਰੇ ਪਹੁੰਚੇ ਹੋਏ ਨੇ ਉਰੇ ਖਨੌਰੀ ਬਾਰਡਰ ਤੋਂ ਲਾਈਵ। ਦਿਖਾਉਂਦੇ ਹਾਂ ਕਿ ਇਹਨਾਂ ਟਰੈਕਟਰ ਵਾਲੇ ਵੀਰਾਂ ਨਾਲ ਅੱਗੇ ਜਾ ਕੇ ਕੀ ਹੋਇਆ, ਪਰ ਉਸ ਤੋਂ ਪਹਿਲਾਂ ਆਪਾਂ ਕਾਕਾ ਕੋਟੜਾ ਅਤੇ ਹੋਰ ਵੀਰਾਂ ਦੀ ਸਪੀਚ ਸੁਣ ਲੈਂਦੇ ਹਾਂ। ਇਹਨਾਂ ਨੇ ਹਰਿਆਣੇ ਦੇ ਬੈਰੀਅਲ ਵੱਲ ਵਧਣ ਤੋਂ ਪਹਿਲਾਂ ਕੀ ਕਿਹਾ ਲੋਕਾਂ ਨੂੰ, ਅਤੇ ਕੀ ਧਿਆਨ ਰੱਖਣ ਯੋਗ ਗੱਲਾਂ ਇਹਨਾਂ ਨੇ ਇੱਥੇ ਕਹੀਆਂ, ਕਿਸ ਤਰ੍ਹਾਂ ਹੌਸਲਾ ਵਧਾਇਆ ਭਾਰੀ ਭੀੜ ਦਾ, ਤਾਂ ਇੱਕ ਵਾਰ ਆਪਾਂ ਸੁਣ ਲਈਏ, ਉਸ ਤੋਂ ਬਾਅਦ ਅੱਗੇ ਦੇ ਹਾਲਾਤ ਦਿਖਾਉਂਦੇ ਹਾਂ। ਔਰ ਹਮ ਸਰਕਾਰ ਕੋ ਕਹਿਣਾ ਚਾਹਤੇ ਹੋ ਕਿ ਆਪਣੇ ਹੱਕ ਮੰਗਣੇ ਕੇ ਲਿਏ ਦਿੱਲੀ ਜਾ ਰਹੇ ਹੋ, ਯਾ ਤੋ ਸਰਕਾਰ ਬੈਰੀਕੇਡ ਖੁਦ ਖੋਲ ਦੇ, ਨਹੀਂ ਤੋ ਬੈਰੀਕੇਡ ਤੋੜ ਕੇ ਜਾਓਗੇ। ਕੀ ਮੀਟਿੰਗ ਮੈਂ ਸਰਕਾਰ ਕੋ ਕਹਿਆ ਥਾ ਕਿ ਸਰਕਾਰ MSP ਪਰ ਕਾਨੂੰਨ ਦੇਗੇ, ਸਰਕਾਰ ਕਰਜ਼ਾ ਮਾਫ ਕਰ ਦੇ, ਸਰਕਾਰ ਸਵਾਮੀਨਾਥਨ ਆਯੋਗ ਦੀ ਰਿਪੋਰਟ ਲਾਗੂ ਕਰ ਦੇ, ਲੇਕਿਨ ਸਰਕਾਰ ਨੇ ਕੋਈ ਬਾਤ ਨਹੀਂ ਲੈਣੀ। ਬਾਤਚੀਤ ਸੜਕ ਕੇ ਉੱਪਰ ਅੰਦੋਲਨ ਨਹੀਂ ਹੋਗੀ, ਕਮਰੇ ਕੇ ਅੰਦਰ ਬਾਤਚੀਤ ਨਹੀਂ ਹੋਗੀ। ਕਾਰ ਜੋੜ ਕੇ ਪ੍ਰਾਰਥਨਾ, ਸਾਰੇ ਬਾਈ ਜਾਣ ਕੇ ਸੁਣੋ, ਇੱਕ ਇੱਕ ਬਾਈ ਕੀ ਜ਼ਿੰਦਗੀ ਹਮਾਰੇ ਲਈ ਬਹੁਤ ਕੀਮਤੀ ਹੈ, ਆਪ ਹਮਾਰੇ ਪਰਿਵਾਰ ਕਾ ਹਿੱਸਾ ਹੋ, ਪੁਲਿਸ ਵਾਲੇ ਬਾਈ ਵੀ ਹਮਾਰੇ ਪਰਿਵਾਰ ਕਾ ਹਿੱਸਾ ਹੈ, ਵੇ ਵੀ ਕਿਸਾਨ ਮਜ਼ਦੂਰਾਂ ਕੇ ਬਾਲਕ ਹੈ, ਆਪਾਂ ਵੀ ਕਿਸਾਨ ਮਜ਼ਦੂਰਾਂ ਕੇ ਬਾਲਕ ਹੈ, ਆਪਣੀ ਤਰਫ ਤੋਂ ਕੋਈ ਹਿੰਸਾ ਨਹੀਂ ਹੋਣੀ ਚਾਹੀਏ। ਸਬਸੇ ਪਹਿਲੇ ਆਪਕੀ ਲੀਡਰਸ਼ਿਪ ਅਗਰ ਹੋਏਗੀ, ਉਸਕੇ ਬਾਅਦ ਆਪ ਪਿੱਛੇ ਪਿੱਛੇ ਚਲੋਗੇ, ਅਗਰ ਗੋਲੀ ਖਾਣੀ ਪੜੇਗੀ ਤਾਂ ਸਭ ਤੋਂ ਪਹਿਲਾਂ ਆਪਾਂ ਗੋਲੀ ਖਾਓਗੇ, ਕਾਕਾ ਸਿੰਘ ਕੋਟਲਾ ਗੋਲੀ ਖਾਓਗੇ, ਭਾਈ ਦੇ ਕੁਛ ਨਹੀਂ ਆਉਂਦੇ। ਇੱਕ ਵਾਰ ਹੱਥ ਖੜੇ ਕਰਕੇ ਬਤਾ ਦਿਓ, ਸ਼ਾਂਤੀਪੂਰਨ ਰੱਖੋਗੇ ਕਿ ਰੱਖੋਗੇ? ਮੇਰੇ ਭਾਈਓ, ਅਗਰ ਸ਼ਾਂਤੀਪੂਰਨ ਰਹੋ ਤਾਂ ਮੋਰਚੇ ਦੀ ਜੀਤ ਪੱਕੀ ਹੈ,
सरकार अपने कुछ आदमी बीच में घुसा के हिंसा कराने की कोशिश कर सकती है, लेकिन अपने बेकाबू में नहीं आना। मैं प्रार्थना करता हूँ सरदार काका सिंह कोटला जी से, तीन चार मिनट में आपको संबोधन करेंगे, उसके बाद आपकी लीडरशिप आके चलने की, उसके पीछे पीछे आपने चलना। सरदार काका सिंह कोटला जी, गल बात दसती है, मैनु लगता भी नौजवानों बारह बच्चे जाने की लड़ नहीं, इधर जाने की लड़ नहीं, अपने मंगल वहीकल है सारे। पहली गल तो यह प्रशासन ऑटोमैटिक आपका जरा सा रास्ता खोल दे, हने हने सोडे हक के हाई कोर्ट के हरियाणा सरकार को झाड़ा पईया ने कि किसान 13 तरीक न आ रहे ने, तुम 9 दो रोड बंद किए हुए, सोडी थोड़ी जी जित वाल बढ़ रहे हैं। आप जाबते च रह के असी मूहरे जाना है, प्रशासन को बेनती है कि तुम रास्ता आप खोल दो, नहीं साढ़े नौजवान असी मूहरे होके आप खोल लेंगे। इस करके हमेशा सरकार की कोच होंगी खड़ा, आप खिंडरा जेड़े अपने ट्रैक्टर है उन्होंने मूहरे लावे, टोचन भी है अपने को आपे खिंच के परे करेंगे, पर तुसी आपका जरा सड़क सड़क नहीं खाली करनी, साडे ते गोलियां मारनिया लाठियां मारनिया, आसू में छिटे छिटले, पर असी कहने हूं भी जरा खेती मंत्री का बयान आया कि असी गलबात लई तैयार हाँ, ते किसान कदे गलबात लई भजे नहीं। साडे दोने फोरमां दे आगू संभू वाले बार्डर ते पंदेर सिंह डल्लेवाल साहब दोने उत्थे ने, तड़के दे 8 बजे ने अथरू गैस छिटन लगे ने, इन्ने पैसों के नाल किसानों दी मंगा मनिया जा सकदियां ने, पर किसानों नूं पता नहीं की दिखाना चाहते हैं। अथरू गैस हुंदी है जिहड़ी उसदे गोले बरसाते, ओह बेचारे मसा ट्राली ट्रैक्टर चो निकल के बाहर नूं आए क्योंकि ओह बिलकुल अगे चले गए सी। इस तों बाद बई जदों अथरू गैस लोगों के अखां च ज्यादा पैण लग गई, लोगों का सह जिहड़ा वह भी रुकण लग गया, नाल दी नाल टैंकर पानी दा भर के लिया है सेवादार, तुसीं देख रहे हो कि किस तरह जिहड़े लोग ने अपनियां अखां च जां फिर पानी दी घुट पी रहे ने तां कि जिहड़ा इहदा आसरा घट हो जाए, अते दूर तुसीं देख रहे हो धुआं निकल रहा किस तरीके दे नाल लोग जमा होए ने, क्योंकि उत्थे तक अगर पहुँच जाते हैं तो उधरों जिहड़े अथरू गैस आ जिहड़ी ज़्यादा आउण लग जाती है, ज़्यादा गोले उसदे छड्ड दिंदे ने जिस दे नाल लोगों का सह रुकण लग जाता है, अखां बचण लग जांदियां ने, चमड़ी बचण लग जांदी है, क्योंकि वैसे तो लोग बहुत तरीके दसदे ने कि इस तों बचण दे लई नमक है जिहड़ा उसका प्रयोग कर लो, थोड़ा नमक खा लो, जां फिर होर कई तरीके दसदे ने, पर मौके ते बंदे दे हालात बहुत माड़े हुंदे ने। तुसीं अजे भी देख रहे हो कि किस तरीके दे हालात ने, अजे थोड़े सामने ने किस तरीके दे हालात बने ने, लोग इधरों मुड़ के आ रहे ने वापस, सामने धुएं धुआं देख रहे हो तुसीं किस तरह धुआं सामने होया होया, ये सारे अथरू गैस आ बई, ये अथरू गैस जदों लोग ज़्यादा इकट्ठे हो जाते हैं इत्थे तां अथरू गैस उधरों प्रशासन जिहड़ा हैगा लोगों वल छड्ड दिंदा है, माहौल देख लो तुसीं किस तरीके का बनया होया, मीडिया भी विच फिरदी तुहानूं दिखाई दे रही है, खनौरी बार्डर है, खनौरी बार्डर दीआं तस्वीरां ने, खनौरी बार्डर ते बई जी इह हाल है, खनौरी बार्डर दे उपर पिछली बार लोगों का कहना कि पिछली बार थोड़ी आसान सी, पर इस बार सरकार नूं पता कि उस तो पिछे गलतियां की रह गईयां सी, अते ओह गलतियां सुधार रही है सरकार कि लोगों नूं लंघण ना दिता जाए, अते तुसीं देख रहे हो लगातार अथरू गैस लोगों वल
ਆਉਂਦਾ ਜਾ ਰਿਹਾ ਅਤੇ ਰੇਂਜ ਕਾਫੀ ਹੈ। ਭੱਜਦੇ ਵੀ ਲੋਕ ਤੁਹਾਨੂੰ ਦਿਖਾਈ ਦੇ ਰਹੇ ਨੇ ਇੱਥੇ, ਕਿਉਂਕਿ ਜਦੋਂ ਲੋਕਾਂ ਵੱਲ ਅੱਥਰੂ ਗੈਸ ਦੇ ਗੋਲੇ ਸਿੱਟਦੇ ਨੇ ਤਾਂ ਲੋਕ ਥੋੜ੍ਹਾ ਪਿੱਛੇ ਹਟ ਜਾਂਦੇ ਨੇ, ਪਰ ਕਈ ਲੋਕ ਥੋੜ੍ਹੇ ਜਿਗਰ ਵਾਲੇ ਨੇ ਐਨ ਅੱਗੇ ਡਟੇ ਹੋਏ ਨੇ ਬਿਲਕੁਲ। ਪਰ ਜ਼ਿਆਦਾਤਰ ਲੋਕਾਂ ਨੂੰ ਇੱਥੇ ਸਾਹ ਦੀ ਪ੍ਰੋਬਲਮ ਆ ਜਾਂਦੀ ਹੈ, ਕਿਉਂਕਿ ਦਿਲ ਤਾਂ ਇਹਨਾਂ 'ਚੋਂ ਸਭ ਦਾ ਕਰਦਾ ਕਿ ਅੱਗੇ ਜਾ ਕੇ ਖੜੀਏ, ਪਰ ਦਿੱਕਤ ਇਹੀ ਹੈ ਕਿ ਅੱਥਰੂ ਗੈਸ ਜਦੋਂ ਆਉਂਦੀ ਹੈ ਸਾਹ ਰੋਕ ਲੈਂਦੀ ਹੈ ਬੰਦੇ ਦਾ, ਬਿਲਕੁਲ ਇਸ ਤਰ੍ਹਾਂ ਲੱਗਦਾ ਕਿ ਸਾਹ ਰੁਕੇ ਗਿਆ, ਜਾਂ ਫਿਰ ਸਕਿਨ ਹੈ ਜਿਹੜੀ, ਅੱਖਾਂ ਨੇ ਜਿਹੜੀਆਂ ਬਹੁਤ ਮੱਚਣ ਲੱਗ ਜਾਂਦੀਆਂ ਨੇ, ਜਾਣੀ ਕਿ ਕਾਫੀ ਜ਼ਿਆਦਾ